भाई जगतार सिंह तारा एक वो शख्सियत ने जिन्होंने उस वक्त कहा गया कि कौम की पग सी डिगी हुई सिर पर रखी तो अज उसका एक फैसला होएगा उन्होंने एक केस का की फैसला हुआ की निकल के सामने आया जी 94 फुट डूंगी सुरोंग पट के एस्केप करके से उतो फिर सरकार ने इन्हों के खिलाफ FIR दर्ज कर दी सी। उस FIR तो बाद जो पहले भाई जगतार सिंह हवारा परमजीत सिंह प्योरा फड़े गए थे उन्हों का डिसाइड पहले केस हो चुके हैं क्योंकि भाई जगतार सिंह तारे इंटरपोल ने 2015 5 जनवरी में अरैसट किया है। सो सरकार ने यह केस हूँ रीओपन किया है ये पिछली डेट से चार्ज फ्रेम हो गए थे कि पहले ही सज़ा कट चुके ने उस तो बद सज़ा कट चुके ने जिहड़ा कि उहदे विच फड़े गए ने भाई जगतार सिंह तारा जी ये तो ऑलरेडी इस केस के 2 साल मैक्सीम सज़ा हैगी है ये 5 साल पूरी कर चुके ने 5 तो वध हो गया इस करके जज साहब ने अंडरग्राउंड कर दिता जी। तां इस वक्त असी खड़े हुए हाँ 43 सैक्टर कोर्ट के बाहर तो जे गल करिए अज भाई जगतार सिंह तारा की जिहड़ी के पेशी हुंदी आ भाई जगतार सिंह तारा नूं जिहड़ा कि एक फैसला सुनाया जांदा तां तुसीं देख सकदे हो असी सवेर तो जिहड़ा कि दिखा रहे सी तस्वीरां तां साडे नाल इस वक्त भाई जगतार सिंह तारा दे जिहड़े वकील ने उह मौजूद ने सिमरजीत सिंह सरदार सिमरजीत सिंह सर पहलां बहुत बहुत स्वागत है जी। धन्यवाद जी। भाई जगतार सिंह तारा एक वो शख्सियत ने जिन्होंने उस वक्त कहा गया कि कौम की पग सी डिगी हुई सिर पर रखी तो अज उसका एक फैसला होएगा उन्होंने एक केस का की फैसला हुआ की निकल के सामने आया जी। 21 जनवरी 2004 में जोड़ा बड़ैल जेल में सुरंग पट के जोड़े चार खाड़कू से भाई जगतार सिंह तारा भाई परमजीत सिंह प्योरा भाई जगतार सिंह हवारा और देवी सिंह एक कुक से इन्होंने नाल ਇਹ ਜੇਲ 94 ਫੁੱਟ ਡੂੰਘੀ ਸੁਰੰਗ ਪੱਟ ਕੇ ਇਹ ਐਸਕੇਪ ਕਰ ਗਏ ਸੀ ਉਦੋਂ ਫਿਰ ਸਰਕਾਰ ਨੇ ਇਹਨਾਂ ਦੇ ਖਿਲਾਫ FIR ਦਰਜ ਕਰ ਦਿੱਤੀ ਸੀ। ਉਸ FIR ਤੋਂ ਬਾਅਦ ਜਿਹੜਾ ਪਹਿਲੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਓਰਾ ਫੜੇ ਗਏ ਸੀ ਉਹਨਾਂ ਦਾ ਡਿਸਾਈਡ ਪਹਿਲੇ ਕੇਸ ਹੋ ਚੁੱਕਿਆ ਹੈ ਕਿਉਂਕਿ ਭਾਈ ਜਗਤਾਰ ਸਿੰਘ ਤਾਰੇ ਨੂੰ ਇੰਟਰਪੋਲ ਨੇ 2015 5 ਜਨਵਰੀ ਨੂੰ ਅਰੈਸਟ ਕੀਤਾ ਹੈ ਥਾਈਲੈਂਡ ਤੋਂ। ਸੋ ਸਰਕਾਰ ਨੇ ਇਹ ਕੇਸ ਹੁਣ ਰੀਓਪਨ ਕੀਤਾ ਹੈ ਇਹਦੇ ਵਿੱਚ ਪਿਛਲੀ ਡੇਟ 'ਤੇ ਚਾਰਜ ਫਰੇਮ ਹੋ ਗਏ ਸੀ। ਸੋ ਅਸੀਂ ਅੱਜ ਭਾਈ ਜਗਤਾਰ ਸਿੰਘ ਤਾਰਾ ਨੇ ਕਨਫੈਸ਼ਨ ਕਰਦਿਆਂ ਹੋਇਆ ਜੱਜ ਨੂੰ ਦੱਸ ਦਿੱਤਾ ਕਿ ਮੈਂ ਐਸਕੇਪ ਕਰਕੇ ਗਿਆ। ਉਹਦੇ ਵਿੱਚ ਇਹਨਾਂ ਨੇ ਸਾਰੇ ਰੀਜ਼ਨਸ ਮੈਂਸ਼ਨ ਕੀਤੇ ਨੇ ਆਪਦੇ ਜਿਹੜੀ ਚਿੱਠੀ ਲਿਖੀ ਹੈ ਕਨਫੈਸ਼ਨ ਕਿ ਮੈਂ ਕਿਹੜੇ ਕਾਰਨਾਂ ਕਰਕੇ ਗਏ ਹਾਂ ਇੱਥੋਂ। ਜਿਵੇਂ ਕਿਹਾ ਗਿਆ ਕਿ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਇਹ ਸੁਰੰਗ ਪੁੱਟ ਕੇ ਭੱਜ ਗਏ ਸੀ ਜੇਲ੍ਹ ਦੇ ਵਿੱਚੋਂ, ਨਾਲ ਉਹਨਾਂ ਦੇ ਇੱਕ ਦੇਵੀ ਲਾਲ ਵੀ ਸੀਗਾ ਜਿਹੜਾ ਉਹਨਾਂ ਦਾ ਕੁੱਕ ਸੀਗਾ, ਪਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਪਹਿਲਾਂ ਹੀ ਜਿਹੜੀ ਕਿ ਸਜ਼ਾ ਸੁਣਾ ਦਿੱਤੀ ਗਈ ਹੈ, ਇਸ ਦਾ ਕੋਈ ਫੈਸਲਾ ਹੋਇਆ ਭਾਈ ਜਗਤਾਰ ਸਿੰਘ ਤਾਰਾ ਦਾ? ਨਹੀਂ ਬਿਲਕੁਲ ਇਵੇਂ ਹੁੰਦਾ ਨਾ ਜੀ, ਕੇਸ ਦੇ ਵਿੱਚ ਜਦੋਂ ਬੰਦਾ ਫੜਿਆ ਜਾਂਦਾ ਹੈ ਉਹਦਾ ਟ੍ਰਾਇਲ ਇਮੀਡੀਏਟਲੀ ਸ਼ੁਰੂ ਹੋ ਜਾਂਦਾ, ਦੂਜੇ ਬੰਦੇ ਜਿਹੜੇ PO ਡਿਕਲੇਅਰ ਹੋ ਜਾਂਦੇ ਨੇ। ਸੋ ਭਾਈ ਜਗਤਾਰ ਸਿੰਘ ਤਾਰਾ 2015 'ਚ ਫੜੇ ਗਏ ਨੇ, ਇਸ ਕਰਕੇ ਇਹਨਾਂ ਦਾ ਟ੍ਰਾਇਲ ਲੇਟ ਸ਼ੁਰੂ ਹੋਇਆ ਹੈ। ਭਾਈ ਜਗਤਾਰ ਸਿੰਘ ਹਵਾਰਾ ਦਾ ਨਾਲ ਕੋਈ ਲਿੰਕ ਸੀਗੇ ਜਿਹੜੇ ਪਹਿਲਾਂ, ਉਹਨਾਂ 'ਤੇ ਵੀ ਕੋਈ ਗੱਲਬਾਤ ਹੋਈ ਹੈਗੀ? ਨਹੀਂ ਜੀ, ਇਕੱਲਾ ਜਗਤਾਰ ਸਿੰਘ ਤਾਰੇ ਦੇ ਸੰਬੰਧ 'ਚ ਗੱਲ ਹੋਈ ਹੈ, ਉਹਨਾਂ ਨੇ ਆਪਦੀ ਗੱਲ ਕੀਤੀ ਹੈ, ਦੂਜਿਆਂ ਬਾਰੇ ਗੱਲ ਨਹੀਂ ਕੀਤੀ ਹੈਗੀ। ਹਾਂਜੀ, ਆਖਿਰ ਜਿਹੜਾ ਫੈਸਲਾ ਸੀਗਾ ਉਹ ਹੋਣਾ ਸੀਗਾ ਅੱਜ, ਕਿਹਾ ਜਾਂਦਾ ਸੀਗੇ ਸਿੱਖ ਸੰਗਤਾਂ ਦੀ ਕਾਫੀ ਵੱਡੀ ਆਸ ਸੀਗੇ ਕੋਈ ਫੈਸਲਾ ਹੋ ਸਕਦਾ ਰਾਹਤ ਮਿਲੇ, ਜਾਂ ਤੁਸੀਂ ਕਿਹਾ ਸੀ ਕਿ ਪਹਿਲਾਂ ਹੀ ਸਜ਼ਾ ਕੱਟ ਚੁੱਕੇ ਨੇ ਉਸ ਤੋਂ ਵੱਧ ਸਜ਼ਾ ਕੱਟ ਚੁੱਕੇ ਨੇ ਜਿਹੜਾ ਕਿ ਉਹਦੇ ਵਿੱਚ ਫੜੇ ਗਏ ਨੇ ਭਾਈ ਜਗਤਾਰ ਸਿੰਘ ਤਾਰਾ ਜੀ? ਇਹ ਤਾਂ ਆਲਰੇਡੀ ਇਸ ਕੇਸ ਦੇ ਵਿੱਚ 2 ਸਾਲ ਮੈਕਸੀਮਮ ਸਜ਼ਾ ਹੈਗੀ ਹੈ, ਇਹ 5 ਸਾਲ ਪੂਰੀ ਕਰ ਚੁੱਕੇ ਨੇ, 5 ਤੋਂ ਵੱਧ ਹੋ ਗਈ, ਇਸ ਕਰਕੇ ਜੱਜ ਸਾਹਿਬ ਨੇ ਅੰਡਰਗਰਾਊਂਡ ਕਰ ਦਿੱਤਾ ਸੀ। ਇਸ ਵਕਤ ਤੁਹਾਨੂੰ ਇਹ ਜਿਹੜਾ ਲੈਟਰ ਆ ਇਹ ਵੀ ਕੋਲ ਆ, ਇਹ ਵੀ ਤੁਹਾਨੂੰ ਦਿਖਾ ਦਿੰਦੇ ਆ ਜਿਹੜਾ ਕਿ ਭਾਈ ਜਗਤਾਰ ਸਿੰਘ ਤਾਰਾ ਨੇ ਲਿਖਿਆ ਸੀ। ਤਾਂ ਇਸ ਲੈਟਰ ਦੇ ਵਿੱਚ ਕੀ ਲਿਖਿਆ ਇਹ ਵੀ ਤੁਸੀਂ ਦੇਖ ਸਕਦੇ ਹੋ। ਤਾਂ ਇਸ ਦੇ ਦੂਸਰੇ ਪਾਸੇ ਭਾਈ ਜਗਤਾਰ ਸਿੰਘ ਤਾਰਾ ਦੇ ਜਿਹੜੇ ਸੈਨ ਨੇ ਉਹ ਹੋਏ ਵੇ ਨੇ, ਤਾਂ ਥੱਲੇ ਲਿਖਿਆ ਹੋਇਆ ਗੁਰੂ ਪੰਥ ਦਾ ਦਾਸ ਭਾਈ ਜਗਤਾਰ ਸਿੰਘ ਤਾਰਾ, ਇਹ ਤੁਸੀਂ ਦੇਖ ਸਕਦੇ ਹੋ। ਇਹ ਲੈਟਰ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਗਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਸਿਮਰ ਸਿੰਘ ਜਿਹੜੇ ਕਿ ਐਡਵੋਕੇਟ ਨੇ ਉਹਨਾਂ ਦਾ ਵੀ। ਤਾਂ ਇਸ ਵਕਤ ਅਸੀਂ ਚੰਡੀਗੜ੍ਹ 43 ਸੈਕਟਰ ਦੇ ਬਾਹਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਦਿਖਾ ਰਹੇ ਹਾਂ। ਚੰਡੀਗੜ੍ਹ 43 ਸੈਕਟਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਇਹ ਕੋਰਟ ਕੰਪਲੈਕਸ ਆ, ਜਿਹੜੀਆਂ ਤਸਵੀਰਾਂ ਨੇ ਜਿੱਥੇ ਕੁਝ ਹੀ ਸਮਾਂ ਪਹਿਲਾਂ ਭਾਈ ਜਗਤਾਰ ਸਿੰਘ ਤਾਰਾ ਨੂੰ ਪੇਸ਼ ਕੀਤਾ ਗਿਆ। ਤਾਂ ਉਸ ਤੋਂ ਬਾਅਦ ਜਿਹੜਾ ਕਿ ਮਾਮਲਾ ਗਾ ਉਹ ਅੰਡਰਗਰਾਊਂਡ ਕਰ ਦਿੱਤਾ ਗਿਆ।
ਤਾਂ ਉਹਨਾਂ ਦੇ ਵਕੀਲ ਵੱਲੋਂ ਉਹਨਾਂ ਦੇ ਲਾਇਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਸ ਦੀ ਜਿਹੜੀ ਸਜ਼ਾ ਹੁੰਦੀ ਆ ਉਹ 2 ਸਾਲ ਦੀ ਹੁੰਦੀ ਆ ਤੇ ਭਾਈ ਜਗਤਾਰ ਸਿੰਘ ਤਾਰਾ ਜਿਹੜੇ ਕਿ ਉਹਨਾਂ ਨੂੰ 5 ਸਾਲ ਗ੍ਰਿਫਤਾਰ ਕਰਿਆਂ ਨੂੰ ਹੋ ਗਏ ਨੇ ਤਾਂ ਜਿਹੜਾ ਫੈਸਲਾ ਸੀ ਅੱਜ ਉਹ ਅੰਡਰਗਰਾਉਂਡ ਹੋ ਗਿਆ ਤਾਂ ਇਸ ਵਕਤ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾਈਆਂ ਗਈਆਂ ਨੇ ਤਾਂ ਜੁੜੇ ਰਹੋ KTV ਦੇ ਨਾਲ ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ।